ਤੁਹਾਡੇ ਸੋਹਣੇ ਅੱਜ ਦੇ ਨਾਲੋਂ ਮੇਰਾ ਕੋਝਾ ਕੱਲ ਸੀ ਚੰਗਾ ਜੇ ਕੁਝ ਮੈਨੂੰ ਦੇ ਸਕਦੇ ਹੋ ਮੈਨੂੰ ਮੇਰਾ ਕੱਲ ਪਰਤਾ ਦਿਓ ਸਾਰੇ ਵੀਰਾਂ ਨੂੰ ਮੇਰਾ ਸਲਾਮ ਹੈ ਅੱਜ ਅਸੀਂ ਗੱਲ ਕਰਾਂਗੇ ਐਕਸ ਜਨਰੇਸ਼ਨ ਦੇ ਬਾਰੇ ਐਕਸ ਜਨਰੇਸ਼ਨ ਕੀ ਹੈ ਕਹਿੰਦੇ ਨੇ ਦੁਨੀਆ ਦੇ ਵਿੱਚ ਸਭ ਤੋਂ ਵੱਡੀਆਂ ਅਤੇ ਜ਼ਿਆਦਾ ਤਬਦੀਲੀਆਂ ਐਕਸ ਜਨਰੇਸ਼ਨ ਨੇ ਵੇਖੀਆਂ ਨੇ VCR ਤੋਂ ਲੈ ਕੇ ਉਸ ਦੀ ਨਾਪੈਦੀ ਤੱਕ ਅਤੇ ਆਡੀਓ ਕੈਸਟ ਤੋਂ ਲੈ ਕੇ USB ਸਟਿਕ ਤੱਕ ਬਲੈਕ ਐਂਡ ਵਾਈਟ ਨਸ਼ਰੀਆਤ ਤੋਂ ਲੈ ਕੇ ਰੰਗੀਨ ਡਿਜੀਟਲ ਸਮਾਰਟ TV ਤੱਕ ਡਾਇਲ ਘੁਮਾ ਕੇ ਮਿਲਾਉਣ ਵਾਲੇ ਪੁਰਾਣੇ ਟੈਲੀਫੋਨ ਤੋਂ ਲੈ ਕੇ ਜਦੀਦ ਤਰੀਨ ਸਮਾਰਟਫੋਨ ਤੱਕ ਪਤੰਗਬਾਜ਼ੀ ਤੋਂ ਲੈ ਕੇ ਡਰੋਨ ਜਹਾਜ਼ ਤੱਕ ਬਲੈਕ ਐਂਡ ਵਾਈਟ ਤਸਵੀਰਾਂ ਤੋਂ ਲੈ ਕੇ ਹਾਈ ਡੈਫੀਨੇਸ਼ਨ ਇਮੇਜ ਤੱਕ ਆਪਣੇ ਸੀਨਿਆਂ ਵਿੱਚ ਅਰੂਜੋ ਜ਼ਵਾਲ ਤਗੈਰ ਓ ਤਬਦੀਲੀਆਂ ਦੀਆਂ ਹਜ਼ਾਰਾਂ ਕਹਾਣੀਆਂ ਛੁਪਾਏ ਹੋਏ ਇਨਸਾਨਾਂ ਦੀ ਇਹ ਜਨਰੇਸ਼ਨ ਬੜੀ ਕੀਮਤੀ ਹੈ ਇਸ ਜਨਰੇਸ਼ਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਉਣ ਵਾਲੇ ਲੋਕਾਂ ਨੇ ਇੰਨੀਆਂ ਤਬਦੀਲੀਆਂ ਨਾ ਵੇਖੀਆਂ ਹੋਣਗੀਆਂ ਤੁਹਾਡੇ 'ਚੋਂ ਕਿੰਨੇ ਲੋਕ ਐਕਸ ਜਨਰੇਸ਼ਨ ਨੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਅਤੇ ਅਗਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਹ ਤੁਹਾਡਾ ਸਾਡੇ ਲਈ ਇਨਾਮ ਹੁੰਦਾ ਹੈ ਇਹ ਮੇਰੀ ਗੱਲ ਉਹ ਹੀ ਸਮਝ ਸਕਦੇ ਆ ਜਿਹੜੇ 1990 ਤੋਂ ਪਹਿਲਾਂ ਦੇ ਜੰਮੇ ਹੋਇਆ ਜਿੰਨੀ ਤਬਦੀਲੀ ਦੁਨੀਆ ਦੇ ਵਿੱਚ ਅਸਾਂ ਵੇਖੀ ਆ ਮੈਨੂੰ ਨਹੀਂ ਲੱਗਦਾ ਕੋਈ ਹੋਰ ਪੀੜ੍ਹੀ ਇਹ ਤਬਦੀਲੀ ਵੇਖੂਗੀ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਬੇਰੰਗ ਚਿੱਠੀਆਂ ਤੋਂ ਲੈ ਕੇ ਲਾਈਵ ਚੈਟਿੰਗ ਤੱਕ ਹੁੰਦੀ ਵੇਖੀ ਆ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਲਈ ਸਾਈਕਲ ਸਿੱਖਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਸੀ ਪਹਿਲਾਂ ਕੈਂਚੀ ਫਿਰ ਡੰਡੇ ਉੱਪਰ ਅਤੇ ਫਿਰ ਕਾਠੀ ਕਾਰ ਵਿੱਚ ਬਹਿਣਾ ਤਾਂ ਬਹੁਤ ਦੂਰ ਦੀ ਗੱਲ ਹੁੰਦੀ ਸੀ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਇੱਕ ਪੱਖੇ 'ਤੇ ਵਿਹੜੇ ਵਿੱਚ 7-7 ਮੰਜੀਆਂ ਡਾਹ ਕੇ ਸੌਣ ਤੋਂ ਲੈ ਕੇ ਅੱਜ ਏਸੀ ਤੱਕ ਦੇ ਨਜ਼ਾਰੇ ਵੇਖੇ ਆ ਅਸੀਂ ਉਹ ਆਖਰੀ ਪੀੜ੍ਹੀਆਂ ਜਿਨ੍ਹਾਂ ਨੇ ਪਹਿਲਾਂ ਸਕੂਲ ਅਤੇ ਫਿਰ ਘਰ ਆ ਕੇ ਦੱਸਣ ਅਤੇ ਘਰ ਵਾਲਿਆਂ ਤੋਂ ਵੀ ਕੁੱਟ ਖਾਧੀ ਆ ਅਸੀਂ ਉਹ ਆਖਰੀ ਪੀੜ੍ਹੀਆਂ ਜਿਨ੍ਹਾਂ ਨੇ ਗਵਾਂਢੀਆਂ ਦੇ ਘਰ ਜਾ ਕੇ TV ਵੇਖਿਆ ਅਤੇ ਹੁਣ ਘਰ ਵਿੱਚ LCD ਵੀ ਖੂੰਜਿਆਂ 'ਚ ਪਈ ਆ ਅਸੀਂ ਉਹ ਆਖਰੀ ਪੀੜ੍ਹੀਆਂ ਜਿਹੜੇ ਕੋਠਿਆਂ 'ਤੇ ਚੜ੍ਹ ਕੇ ਐਂਟੀਨੇ ਸੈੱਟ ਕਰਦੇ ਹੁੰਦੇ ਸੀ ਅਤੇ ਸਾਰੀ ਗਲੀ ਵਿੱਚ ਰੌਲਾ ਪਾਉਂਦੇ ਸੀ ਅਤੇ ਅੱਜ ਤੁਸੀਂ ਵੇਖ ਲਓ ਲੱਖਾਂ ਚੈਨਲ ਚੱਲਦੇ ਆ ਪਰ ਵੇਖਣ ਨੂੰ ਦਿਲ ਨਹੀਂ ਕਰਦਾ ਅਸੀਂ ਉਹ ਆਖਰੀ ਪੀੜ੍ਹੀਆਂ ਜਿਨ੍ਹਾਂ ਨੇ ਮਿੱਟੀ ਦੇ ਘਰਾਂ 'ਚ ਬਹਿ ਕੇ ਪਰੀਆਂ ਦੀਆਂ ਕਹਾਣੀਆਂ ਸੁਣੀਆਂ ਜਿਨ੍ਹਾਂ ਨੇ ਲਾਲਟੈਨ ਦੇ ਚਾਨਣ 'ਤੇ ਪੜਿਆ ਅਸੀਂ ਉਹ ਆਖਰੀ ਪੀੜ੍ਹੀਆਂ ਜਿਨ੍ਹਾਂ ਨੇ ਟਾਟਾਂ 'ਤੇ ਬਹਿ ਕੇ ਪੜਿਆ ਅਤੇ ਕਦੇ ਘਰ 'ਚੋਂ ਬੋਰੀ ਤੋੜਾ ਜਾਂ ਲੈ ਕੇ ਸਕੂਲੇ ਜਾਂਦੇ ਸੀ ਅਤੇ ਉਹਦੇ 'ਤੇ ਬਹਿ ਕੇ ਪੜ੍ਹਦੇ ਸੀ ਅਸੀਂ ਉਹ ਆਖਰੀ ਪੀੜ੍ਹੀਆਂ ਜਿਨ੍ਹਾਂ ਨੇ ਮਿੱਟੀ ਦੇ ਗੜਿਆਂ 'ਚ ਪਾਣੀ ਪੀਤਾ ਪਿੰਡ ਦੇ ਦਰੱਖਤਾਂ ਤੋਂ ਅੰਬ ਮਾਲਟੇ ਅਤੇ ਅਮਰੂਦ ਤੋੜ ਕੇ ਖਾਧੇ ਗਵਾਂਢੀਆਂ ਤੋਂ ਜਿੜਕਾਂ ਖਾਧੀਆਂ ਅਤੇ ਪਲਟ ਕੇ ਕਦੇ ਬਦਮਾਸ਼ੀ ਨਹੀਂ ਕੀਤੀ ਅਸੀਂ ਉਹ ਆਖਰੀ ਪੀੜ੍ਹੀਆਂ ਜਿਨ੍ਹਾਂ ਨੇ ਈਦ ਦਾ ਚੰਨ ਵੇਖ ਕੇ ਖੁਸ਼ੀਆਂ ਮਨਾਈਆਂ ਅਤੇ ਦੋਸਤਾਂ ਨੂੰ ਆਪਣੇ ਹੱਥੀਂ ਈਦ ਕਾਰਡ ਲਿਖੇ ਅਸੀਂ ਉਹ ਆਖਰੀ ਪੀੜ੍ਹੀਆਂ ਜਿਹੜੇ ਹਰ ਖੁਸ਼ੀ ਗਮੀ 'ਤੇ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਖਲੋਂਦੇ ਹਾਂ ਅਤੇ ਗਲੇ ਵਿੱਚ ਮਫਲਰ ਪਾ ਕੇ ਆਪਣੇ ਆਪ ਨੂੰ ਬਾਬੂ ਸਮਝਦੇ ਸਾਂ ਅਸੀਂ ਉਹ ਖੁਸ਼ ਨਸੀਬ ਪੀੜ੍ਹੀਆਂ ਜਿਨ੍ਹਾਂ ਨੇ ਤਖਤੀਆਂ ਲਿਖੀਆਂ ਅਸੀਂ ਉਹ ਖੁਸ਼ ਨਸੀਬ ਪੀੜ੍ਹੀਆਂ ਜਿਨ੍ਹਾਂ ਨੇ ਰਿਸ਼ਤਿਆਂ ਦੀ ਅਸਲ ਮਿਠਾਸ ਵੇਖੀ ਜਿਸ ਤੋਂ ਅੱਜ ਦੀ ਨਵੀਂ ਨਸਲ ਬਿਲਕੁਲ ਵਾਕਿਫ ਨਹੀਂ ਤੁਹਾਡੇ ਸੋਹਣੇ ਅੱਜ ਦੇ ਨਾਲੋਂ ਮੇਰਾ ਕੋਝਾ ਕੱਲ ਸੀ ਚੰਗਾ ਸਾਰੇ ਚਾਚੇ ਬਾਬੇ ਰਲ ਕੇ ਸਾਰੇ ਪਿਓ ਪੁੱਤਰਾਂ ਕੋਲ ਬਹਿ ਕੇ ਇੱਕ ਚੰਗੇਰ ਤੋਂ ਰੋਟੀ ਖਾਂਦੇ ਇਕੱਠੇ ਰਲ ਕਮਾਈ ਕਰਦੇ ਆਪੋ ਦਾਪੀ ਕਦੀ ਨਾ ਕਰਦੇ ਮੇਰੇ ਕੱਲ ਵਿੱਚ ਹਰ ਸ਼ੈ ਸਾਂਝੀ ਨਾ ਕੋਈ ਤੇਰੀ ਮੇਰੀ ਹੈ ਸੀ ਨਾ ਕਦੇ ਕੋਈ ਪਿਆ ਪੁਆੜਾ ਨਾ ਕਦੇ ਕੋਈ ਵੋਟੀ ਰੁੱਸੀ ਨਾ ਕਦੇ ਕੋਈ ਵਿਟਰਿਆ ਲਾੜਾ ਮੇਰਾ ਕੱਲ ਸੀ ਕਿੰਨਾ ਚੰਗਾ ਕੱਚੇ ਕੋਠੇ ਕੱਚੀਆਂ ਕੰਧਾਂ ਪਿਆਰ ਨੂੰ ਪੱਕਾ ਕਰ ਦਿੰਦੇ ਸੀ ਇੱਕ ਦੂਜੇ ਦੇ ਦੁੱਖੜੇ ਆਪਸ ਦੇ ਵਿੱਚ ਵੰਡ ਲੈਂਦੇ ਸਨ ਤੁਹਾਡੇ ਅੱਜ ਵਿੱਚ ਸ਼ੈ ਆ ਵੱਖਰੀ ਪੁੱਤਰ ਪਿਓ ਦੇ ਕੋਲ ਨਾ ਬਹਿੰਦਾ ਬਿਰਾ ਬਿਰਾ ਤੋਂ ਮੁਖੜਾ ਮੋੜੇ ਆ ਸ਼ੈ ਮੇਰੀ ਆ ਸ਼ੈ ਮੇਰੀ ਹਰ ਕੋਈ ਇੱਕ ਦੂਜੇ ਨੂੰ ਕਹਿੰਦਾ ਰੋਟੀ ਤੂੰ ਪਏ ਪੂਰੇ ਮਾਰਨ ਡੰਗਰਾਂ ਵਾਂਗੂੰ ਖੋ ਖੋ ਖਾਵਣ ਇੱਕ ਦੂਜੇ ਨੂੰ ਪੈ ਲਤਾੜਨ
तुहाडे सोने अज दे नालों मेरा कोजा कल से चंगा, मेरा कोजा कल से चंगा। जे कुछ मैनू दे सकदे हो मैनू मेरा कल परता दिओ, मैनू मेरा कल परता दिओ।